जेकर तुहाडे बच्चे नूं बोलण दे विच दिक्कत आउंदी है, चाहे तुहाडे बच्चे नूं कन्नां तों नहीं सुणदा, तां इक वार अपने बच्चे नूं जरूर इस गुरद्वारा साहिब दे विच लै के आओ, इशनान करवाओ ते गुरु साहिब जरूर किरपा करनगे। ਇਹ ਗੁਰਦੁਆਰਾ ਸਾਹਿਬ ਮੌਜੂਦ ਹੈ ਜੀ ਕੋਠਾ ਗੁਰੂ ਕਾ, ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜੀ। ਭਗਤਾ ਭਾਈ ਕਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਊਗਾ ਗਾਣਿਆਂ ਦੇ ਵਿੱਚ, ਜਾਂ ਭਗਤੇ ਭਾਈ ਕੇ ਦਾ ਇੱਕ ਭੂਤਾਂ ਵਾਲਾ ਖੂਹ ਬਹੁਤ ਮਸ਼ਹੂਰ ਆ। ਭਗਤੇ ਭਾਈ ਕੇ ਸ਼ਹਿਰ ਤੋਂ ਇਹ 5 ਕਿਲੋਮੀਟਰ ਦੀ ਦੂਰੀ 'ਤੇ ਇਹ ਗੁਰਦੁਆਰਾ ਸਾਹਿਬ ਸਥਿਤ ਹੈ। ਜਦੋਂ ਆਪਾਂ ਭੁੱਚੋ ਮੰਡੀ ਵੱਲ ਨੂੰ ਜਾਂਦੇ ਹਾਂ ਤਾਂ ਹਰ ਮੱਸਿਆ ਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਇਕੱਠ ਆਉਂਦਾ ਆ, ਅਤੇ ਹਰ ਇੱਕ ਆਪਣੇ ਬੱਚਿਆਂ ਨੂੰ ਲੈ ਕੇ ਆਉਂਦਾ। ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਆ ਤਾਂ ਇੱਥੇ ਸਾਰੀਆਂ ਹੀ ਪ੍ਰੋਬਲਮਾਂ ਬੱਚਿਆਂ ਦੀਆਂ ਦੂਰ ਹੁੰਦੀਆਂ ਨੇ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1705 ਦੇ ਵਿੱਚ ਜਦੋਂ ਇਸ ਏਰੀਏ ਦੇ ਵਿੱਚ ਪੁੱਜੇ, ਮਾਲਵੇ ਏਰੀਏ ਦੇ ਵਿੱਚ ਪਿੰਡ ਕੋਠਾ ਗੁਰੂ ਕਾ ਗੁਰਦੁਆਰਾ ਗੰਗਸਰ ਸਾਹਿਬ ਦੇ ਸਥਾਨ 'ਤੇ ਪੁੱਜੇ, ਤਾਂ ਇਸ ਏਰੀਏ ਦੇ ਵਿੱਚ ਕੁਛ ਜਿਹੜੇ ਬੱਚੇ ਸੀਗੇ ਛੋਟੇ ਛੋਟੇ, ਉਹ ਡੰਗਰ ਚਾਰ ਰਹੇ ਸੀ। ਸਤਿਗੁਰੂ ਜੀ ਜਦੋਂ ਇੱਥੇ ਪਹੁੰਚੇ ਤਾਂ ਬੱਚੇ ਉਹਨਾਂ ਨੂੰ ਦੇਖ ਕੇ ਡਰ ਕੇ ਭੱਜ ਗਏ, ਤਾਂ ਇੱਕ ਗੂੰਗਾ ਬੱਚਾ ਜਿਹੜਾ ਉਹ ਖੜ੍ਹਾ ਰਿਹਾ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬੱਚੇ ਨੂੰ ਪੁੱਛਿਆ ਕਿ ਇਹ ਕਿਹੜਾ ਪਿੰਡ ਆ, ਅਤੇ ਉਹ ਬਾਲਕ ਗੂੰਗਾ ਹੋਣ ਕਾਰਨ ਨਹੀਂ ਬੋਲ ਸਕਿਆ, ਅਤੇ ਸਤਿਗੁਰਾਂ ਨੇ ਆਪਣੇ ਪਵਿੱਤਰ ਹਸਤ ਕਮਲ ਹੱਥ ਇਸ ਬਾਲਕ ਦੇ ਸਿਰ 'ਤੇ ਰੱਖ ਕੇ ਪੁੱਛਿਆ ਇਹ ਕਿਹੜਾ ਪਿੰਡ ਹੈ, ਤਾਂ ਉਹ ਬਾਲਕ ਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੋ ਗਈ, ਤਾਂ ਉਸਨੇ ਦੋਨੋਂ ਹੱਥ ਜੋੜ ਕੇ ਕਿਹਾ ਜੀ ਇਹ ਪਿੰਡ ਕੋਠਾ ਸੋਢੀਆਂ ਕਾ ਹੈ। ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਫਰਮਾਇਆ ਕਿ ਭਾਈ ਇਹ ਪਿੰਡ ਕੋਠਾ ਸੋਢੀਆਂ ਕਾ ਨਹੀਂ, ਕੋਠਾ ਗੁਰੂ ਕਾ ਹੈ। ਇਸ ਤਰ੍ਹਾਂ ਆਪਣੇ ਪਵਿੱਤਰ ਮੁੱਖ ਤੋਂ ਇਸ ਪਿੰਡ ਦਾ ਨਾਮ ਗੁਰੂ ਜੀ ਨੇ ਕੋਠਾ ਗੁਰੂ ਕਾ ਰੱਖਿਆ। ਇਹ ਆਸ਼ੀਰਵਾਦ ਦਿੱਤਾ ਕਿ ਜੋ ਗੂੰਗੇ ਬਹਿਰੇ ਵਿਅਕਤੀ ਇਸ ਸਥਾਨ ਦੀ ਯਾਤਰਾ ਇਸ਼ਨਾਨ ਕਰਨਗੇ ਉਹਨਾਂ ਨੂੰ ਇਸ ਬੱਚੇ ਦੀ ਤਰ੍ਹਾਂ ਬੋਲਣ ਦੀ ਸ਼ਕਤੀ ਪ੍ਰਾਪਤ ਹੋਵੇਗੀ, ਅਤੇ ਮਨ ਦੀਆਂ ਸਭ ਸ਼ੁਭਕਾਮਨਾਵਾਂ ਪੂਰੀਆਂ ਹੋਣਗੀਆਂ, ਗੁਰਮਤਿ ਦੀ ਪ੍ਰਾਪਤੀ ਹੋਵੇਗੀ, ਅਤੇ ਇਸ ਅਸਥਾਨ 'ਤੇ ਗੂੰਗੇ ਬੱਚੇ ਨੂੰ ਬੋਲਣ ਦਾ ਵਰ ਬਖਸ਼ਣ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੰਗਸਰ ਸਾਹਿਬ ਪ੍ਰਸਿੱਧ ਹੋ ਗਿਆ। ਇਹ ਅੱਜ ਵੀ ਪ੍ਰਤੱਖ ਹੈ ਇਸ ਅਸਥਾਨ 'ਤੇ ਜੋ ਸ਼ਰਧਾ ਨਾਲ 12 ਮੱਸਿਆ ਇਸ਼ਨਾਨ ਕਰਦੇ ਨੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ, ਅਤੇ ਅਨੇਕਾਂ ਬੱਚੇ ਇਸ ਅਸਥਾਨ ਤੋਂ ਵਰ ਪ੍ਰਾਪਤ ਕਰਕੇ ਬੋਲਣ ਲੱਗੇ ਹਨ।